ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾਪਰ ਬਹੁਤ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੰਜਾਬ ਵਿੱਚ ਜੋ ਨਵੀਆਂ ਅਸਾਮੀਆਂ ਆਈਆਂ ਹਨ ਉਹਨਾਂ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਮੈਂ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਵਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਦੱਬੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਜੋਬਸ ਬਾਰੇ ਅਪਡੇਟ ਟਾਈਮ ਟੂ ਟਾਈਮ ਮਿਲਦੀ ਰਹੇ ਇਸ ਅਸਾਮੀ ਜਿਸ ਬਾਰੇ ਮੈਂ ਦੱਸਣ ਜਾ ਰਿਹਾ ਹਾਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਆਈ ਹੈ ਇੱਥੇ ਇਹਨਾਂ ਨੇ ਐਡਵਰਟਾਈਜ਼ਮੈਂਟ ਵਿੱਚ ਦੱਸਿਆ ਹੈ ਕਿ ਇਹ ਅਸਾਮੀ 3 ਸਾਲ ਦੇ ਕੰਟਰੈਕਟ ਬੇਸਿਸ ਤੇ ਉੱਪਰ ਭਰੀ ਜਾਵੇਗੀ ਤਾਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਐਗਰੋਨੋਮੀ ਦੀਆਂ ਦੋ ਗ੍ਰੀਨ ਹਾਊਸ ਟੈਕਨੋਲੋਜੀ ਵੋਕੇਸ਼ਨਲ ਕੋਰਸ ਦੀ ਇੱਕ ਅਸਾਮੀ ਭਰੀ ਜਾਵੇਗੀ ਤਾਂ ਜੋ ਸੈਲਰੀ ਹੈ 15600 ਪਲੱਸ 6000 ਟੋਟਲ 21600 ਰੁਪਏ ਇਸ ਦੀ ਸੈਲਰੀ ਹੋਵੇਗੀ ਅਤੇ ਜੋ ਪੀ ਐਚ ਡੀ ਹਨ ਇਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਵੇਗੀ। ਕੈਟਾਗਰੀ 2 ਦੇ ਵਿੱਚ ਗੱਲ ਕਰੀਏ ਤਾਂ ਐਗਰੀਕਲਚਰ ਨਾਲ ਸੰਬੰਧਿਤ ਛੇ ਜੋ ਅਸਾਮੀਆਂ ਆਈਆਂ ਹਨ ਤੇ ਤੁਸੀਂ ਇਸ ਦਾ ਵੇਰਵਾ ਆਪਣੀ ਸਕਰੀਨ ਉੱਪਰ ਦੇ ਸਕਦੇ ਹੋ ਤੇ ਨਾਲ ਹੀ ਇਹਨਾਂ ਨੂੰ ਦੱਸਿਆ ਹੈ ਕਿ ਪੀ ਐਚ ਡੀ ਨੂੰ ਜੋ ਪਹਿਲ ਦਿੱਤੀ ਜਾਵੇਗੀ ਤੇ ਨਾਲ ਤੁਸੀਂ ਇਹਨਾਂ ਨੇ ਇਹਨਾਂ ਦੀ ਵੈਬਸਾਈਟ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਡਾਟ ਓਰ ਜੀ ਤੇ ਜਾ ਕੇ ਇਸ ਦਾ ਜੋ ਸਾਰਾ ਵੇਰਵਾ ਚੰਗੀ ਤਰ੍ਹਾਂ ਦੇਖ ਲੈਣਾ ਹੈ ਤੇ ਇਹਨਾਂ ਨੇ ਦੱਸਿਆ ਹੈ ਕਿ ਡਿਮਾਂਡ ਡਰਾਫਟ 1000 ਰੁਪਏ ਦਾ ਬਣਾ ਕੇ ਤੁਸੀਂ 15 ਦਿਨ ਤੋਂ ਪਹਿਲਾਂ ਪਹਿਲਾਂ ਜਦੋਂ ਇਹ ਐਡਵਰਟਾਈਜ਼ਮੈਂਟ ਪਬਲਿਸ਼ ਕੀਤੀ ਗਈ ਸੀ ਉਸ ਤੋਂ ਲੈ ਕੇ 15 ਦਿਨ ਤੱਕ ਉਹ ਜੋ ਪਹਿਲਾਂ ਪਹਿਲਾਂ ਤੁਸੀਂ ਇਸ ਨੂੰ ਇਹਨਾਂ ਦੇ ਦਿੱਤੇ ਹੋਏ ਪਤੇ ਤੇ ਸੈਂਡ ਕਰ ਦੇਣਾ ਹੈ ਨੈਕਸਟ ਅਸਾਮੀਆਂ ਆਈਆਂ ਜੀ ਪੰਜਾਬ ਮਿਊਨਿਸਪਲ ਇਨਫਰਾਸਟਰਕਚਰ ਡਿਵੈਲਪਮੈਂਟ ਕੰਪਨੀ ਦੇ ਵਿੱਚ ਇੱਥੇ ਸੀਨੀਅਰ ਅਸਿਸਟੈਂਟ ਮੈਨੇਜਰ ਐਸ ਡਬਲਯੂ ਐਮ ਅਤੇ ਸੀਨੀਅਰ ਅਸਿਸਟੈਂਟ ਮੈਨੇਜਰ ਆਈ ای ਸੀ ਦੀ ਇੱਕ ਅਸਾਮੀ ਹਰੇਕ ਲਈ ਜੋ ਇਹਨਾਂ ਨੇ ਬਿਨੈ ਪੱਤਰ ਦੀ ਮੰਗ ਕੀਤੀ ਹੈ ਤੇ ਤੁਸੀਂ ਇਸ ਦਾ ਜੋ ਸਾਰਾ ਵਿਸਤਾਰ ਸਹਿਤ ਜੋ ਵੇਰਵਾ ਹੈ ਪੀ ਐਮ ਆਈ ਡੀ ਸੀ ਪੰਜਾਬ ਗੋ ਵੀ ਇਨ ਤੇ ਦੇਖ ਲੈਣਾ ਹੈ ਤੇ ਇਸ ਦੇ ਨਾਲ ਹੀ ਜੋ ਇੱਕ ਅਸਾਮੀ ਆਈ ਹੈ ਪੰਜਾਬ ਮਿਊਨਿਸਪਲ ਇਨਫਰਾਸਟਰਕਚਰ ਡਿਵੈਲਪਮੈਂਟ ਕੰਪਨੀ ਦੇ ਵਿੱਚ ਹੀ ਜੋ ਮੈਨੇਜਰ ਅਰਬਨ ਪਲਾਨਿੰਗ ਦੀ ਇੱਕ ਖਾਲੀ ਅਸਾਮੀ ਹੈ ਤੇ ਤੁਸੀਂ ਇਸ ਦਾ ਵੀ ਜੋ ਵੇਰਵਾ pmidc.punjab.gov.in ਤੇ ਦੇਖ ਲੈਣਾ ਹੈ ਤੇ ਇਸ ਨੂੰ ਇਸ ਦਾ ਵਿਸਥਾਰ ਨਾਲ ਵੇਰਵਾ ਪੜ ਕੇ ਫਿਰ ਹੀ ਤੁਸੀਂ ਅਪਲਾਈ ਕਰਨਾ ਹੈ ਨੈਕਸਟ ਸਾਮੀ ਆਈ ਹੈ ਜੀ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਤੇ ਆਪਾਂ ਸਾਮੀਆਂ ਦੇ ਬਾਰੇ ਬਾਰੇ ਗੱਲ ਕਰੀਏ ਤਾਂ ਇੱਕ ਸਾਮੀ ਆਈ ਹੈ ਜੀ ਅਕਾਊਂਟ ਆਫੀਸਰ ਦੀ ਇਸ ਦਾ ਪੋਸਟਿੰਗ ਦਾ ਥਾਂ ਹੋਵੇਗਾ ਜੀ ਐਨ ਆਈ ਆਈ ਐਫਟੀ ਮੋਹਾਲੀ ਤੇ ਇਸ ਦੀ ਜੋ ਤਨਖਾਹ ਹੋਵੇਗੀ 10300 ਤੋਂ ਲੈ ਕੇ 34800 ਪਲੱਸ ਗ੍ਰੇਡ 'ਤੇ ਜੋ 5000 ਰੁਪਏ ਦਾ ਹੋਵੇਗਾ ਇਹ ਰੈਗੂਲਰ ਆਧਾਰ 'ਤੇ ਜੋ ਇਹ ਭਰਤੀ ਕੀਤੀ ਜਾਵੇਗੀ ਤੇ ਨੈਕਸਟ ਹੈ ਜੀ ਪ੍ਰਿੰਸੀਪਲ ਦੀ ਇੱਕ ਅਸਾਮੀ ਜੋ ਇਸ ਦਾ ਪੋਸਟਿੰਗ ਦਾ ਸਥਾਨ ਹੋਵੇਗਾ ਉਹ NIIFT ਜਲੰਧਰ ਵਿਖੇ ਹੋਵੇਗਾ ਤੇ 1 ਲੱਖ ਰੁਪਏ ਨਰੋਲ ਠੇਕਾਦਾਰ ਤੇ ਇਸ ਨੂੰ ਰੱਖਿਆ ਜਾਵੇਗਾ ਤੇ ਨੈਕਸਟ ਜਿਹੜੀ ਤੀਸਰੀ ਅਸਾਮੀ ਹੈ ਅਸਿਸਟੈਂਟ ਪ੍ਰੋਫੈਸਰ ਦੀ ਇਸ ਦੀ ਕੁੱਲ ਗਿਣਤੀ ਹੈ ਜੀ 3 ਤੇ ਜੋ ਇਹਨਾਂ ਦੀ ਇਹ ਪੋਸਟਿੰਗ ਦਾ ਥਾਂ ਹੋਵੇਗਾ NIIFT ਮੋਹਾਲੀ NIIFT लुधियाना ਤੇ ਜਲੰਧਰ ਤੇ ਇਸ ਦਾ ਜੋ ਤਨਖਾਹ ਦਾ ਵੇਰਵਾ ਜੀ 42000 ਰੁਪਏ ਠੇਕੇ ਦੇ ਆਧਾਰ ਤੇ ਇਹ ਰੱਖਿਆ ਜਾਵੇਗਾ ਤੇ ਤੁਸੀਂ ਇਸ ਦੀ ਵੀ ਜੋ ਵੈਬਸਾਈਟ ਹੈ niiftindia.com ਅਤੇ pbi industry pbiindustries.gov.in ਤੇ ਜਾ ਕੇ ਇਸ ਦਾ ਜੋ ਵਿਸਤਾਰ ਸਹਿਤ ਵੇਰਵਾ ਤੁਸੀਂ ਦੇਖ ਲੈਣਾ ਹੈ ਜਿਹੜੀ ਨੈਕਸਟ ਐਸਾਮੀਆਂ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਿੱਚ ਆਈ ਹੈ ਤੇ ਤੁਸੀਂ ਸਕਰੀਨ ਉੱਪਰ ਇਸ ਦਾ ਜਿਹੜਾ ਵੇਰਵਾ ਦੇਖ ਸਕਦੇ ਹੋ ਤੇ ਇਹ 18 6 2020 ਤੋਂ ਆਲਰੇਡੀ ਸਟਾਰਟ ਹੋ ਚੁੱਕੀਆਂ ਹਨ ਅਤੇ ਇਸ ਦੀ ਲਾਸਟ ਡੇਟ ਐਪਲਾਈ ਕਰਨ ਲਈ 8 7 2020 ਤੇ ਇਸ ਦੇ ਚਲਾਨ ਜਮ੍ਹਾਂ ਕਰਾਉਣ ਦੀ ਡੇਟ ਹੈ ਜੀ 10 7 2020 ਤੇ ਇਸ ਦਾ ਜੋ ਵੇਰਵਾ ਹੈ ਤੁਹਾਨੂੰ bfuhs.ac.in ਦੇ ਉੱਪਰ ਮਿਲ ਸਕਦਾ ਹੈ ਤਾਂ ਦੋਸਤੋ ਏਸੀ ਪੰਜਾਬ ਵਿੱਚ ਆਈਆਂ ਨਵੀਆਂ ਭਰਤੀਆਂ ਬਾਰੇ ਜਾਣਕਾਰੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਆਉਣ ਵਾਲੀਆਂ ਜੌਬਸ ਬਾਰੇ ਅਪਡੇਟ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਦਬੋ ਤਾਂ ਕਿ ਤੁਹਾਨੂੰ ਜਿਹੜੀ ਜੌਬਸ ਬਾਰੇ ਅਪਡੇਟ ਟਾਈਮ ਟੂ ਟਾਈਮ ਮਿਲਦੀ ਰਹੇ ਥੈਂਕ ਯੂ ਦੋਸਤੋ